ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਅੰਬਾਲਾ ਚ ਗੁਰਬਖਸ਼ ਸਿੰਘ ਦਾ ਵਰਤ ਚਰਨਜਵੇਂ ਦਿਨ ਚ ਸ਼ਾਮਲ ਹੋ ਚੁੱਕਿਆ ਸਾਡੇ ਨਾਲ ਗੁਰਬਖਸ਼ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਬਖਸ਼ ਸਿੰਘ ਜੀ ਮੱਕੜ ਤੁਹਾਨੂੰ ਮਿਲੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਆ ਭਾਈ ਖਾਲਸਾ ਵੀ ਫਤਿਹ ਜੀ ਨਹੀਂ ਕੋਈ ਸੁਬਸ ਨੇ ਉਹਨਾਂ ਨੇ ਦਿੱਤਾ ਤੇ ਆਪਣਾ ਇੱਕ ਖਾਤਾ ਪੂਰੀ ਕਰਨਾ ਆਏ ਹਨ ਸੰਗਤਾਂ ਉਹਨਾਂ ਨੂੰ ਰੋਜ਼ ਬਾਹਰੋਂ ਮਾੜਾ ਬੋਲਦੀਆਂ ਸਨ ਤੋ ਖਾਤਾ ਪੂਰੀ ਕਰਨਾ ਆਇਆ ਤੇ ਮੈਨੂੰ ਦੱਸ ਰਿਆ ਜੀ ਕਿ ਮੈਂ 5 ਲੱਖ ਰੁਪਈਆ ਇੱਥੇ ਲੰਗਰ ਚ ਦੇ ਕੇ ਚੱਲਿਆ ਮੈਨੂੰ ਕਿਉਂ ਦੱਸ ਰਿਆ ਐ ਇਥੋਂ ਹਰ ਮਹੀਨੇ 25 ਪੈਸੇ ਰੁਪਈਆ ਚੋਂ ਲੈ ਕੇ ਜਾਣਾ ਦੇ ਕੇ ਕੀ ਚੱਲਿਆ ਤੂੰ ਤਾਂ ਲੈ ਕੇ ਜਾਂਦਾ ਹੈ ਤੇ ਲੰਗਰ ਦੇ ਪੈਸੇ ਦੇ ਰਿਆ ਮੈਨੂੰ ਕੀ ਦੱਸ ਰਿਆ ਤੇ ਜਿਹੜੀ ਆਪਾਂ ਨੂੰ ਸਿੰਘਾਂ ਦੀ ਰਿਹਾਈ ਦੀ ਉਮੀਦ ਹੈ ਉਹ ਮੈਂ ਸਪਸ਼ਟ ਰੂਪ ਵਿੱਚ ਸੰਗਤ ਨੂੰ ਵੀ ਕਹਿਣਾ ਵੀ ਇਹਦੇ ਕੱਖ ਨਹੀਂ ਬੱਸ ਇਹ ਤਾਂ ਬਾਦਲ ਨੂੰ ਪੈਸੇ ਦੇਣ ਵਾਲਾ ਗੁਰੂ ਘਰ ਦੇ ਤੁਸੀਂ 50 ਲੱਖ ਰੁਪਏ ਦੀ ਮੰਗ ਕੀਤੀ ਮੱਕੜ ਤੋਂ ਉਹ ਕਿਸਨ ਦੇਰ ਵਿੱਚ ਕੀਤੀ ਮੈਂ ਕਹਿੰਦਾ ਵੀ ਮੈਂ ਇਹੋ ਜੇ ਭੁੱਖਿਆਂ ਤੋਂ ਮੰਗਾਗਾ ਮੈਂ ਤਾਂ ਦੇਣ ਵਾਲਾ ਉਹ ਮੈਂ ਗੱਲ ਤਾਂ ਕਹੀ ਸੀ ਇਹਨਾਂ ਨੇ ਪਿਛਲੇ ਸਾਲ ਮੇਰੇ ਤੇ ਇਲਜ਼ਾਮ ਲਾਇਆ ਸੀ ਕਿ 50 ਲੱਖ ਰੁਪਏ ਗੁਰਵਖਸ਼ੇ ਨੂੰ ਦੇ ਕੇ ਠਾਇਆ ਹੈ ਤੇ ਮੈਂ ਕਿਹਾ 50 ਲੱਖ ਕਿੱਥੇ ਆ ਮੇਰਾ ਤੇ ਬਾਹਰ ਕੀ ਕਹਿੰਦਾ ਸੀ ਮੇਰੇ ਤੋਂ 50 ਲੱਖ ਰੁਪਏ ਮੰਗਿਆ ਮੈਂ ਤਾਂ ਤਾਂ 50 ਕਰੋੜ ਦੇਣਾ ਇਹਨਾਂ ਦੇ ਨਾਲ ਪੈਸੇ ਤੋਲ ਦੇਣਾ ਇਹ ਤਾਂ ਸਹੀ ਥਰ ਹੈਨਾ ਐਦਾਂ ਗੱਲਾਂ ਫਿਰ ਮੇਰੇ ਸਾਹਮਣੇ ਬੋਲਦਾ ਤੁਸੀਂ ਇਹੋ ਜੇ ਲੋਕਾਂ ਤੇ ਜਦੋਂ ਤੁਹਾਨੂੰ ਮਿਲਦੇ ਨੇ ਜਦੋਂ ਤੁਸੀਂ ਕਿਹਨੂੰ ਯਕੀਨ ਨਹੀਂ ਤੁਹਾਨੂੰ ਮੱਕੜ ਵਰਗੇ ਲੋਕਾਂ ਤੇ ਤਾਂ ਤੁਸੀਂ ਲ ਮੈਂ ਸਰ ਕਿੱਥੇ ਮਿਲਦਾ ਮੈਂ ਤੇ ਆਪਣੇ ਘਰ ਗੁਰੂ ਘਰ ਬੈਠਾ ਇੱਥੇ ਚਿਰ ਹੁੰਜਾਦੇ ਨਾ ਹੋ ਗਏ ਨਾ ਮੈਂ ਨਾ ਇਹਨਾਂ ਨੂੰ ਕੋਈ ਫੋਨ ਕੀਤਾ ਪੰਜ ਦਿਨ ਹੋ ਗਏ ਨੇ ਇਹਨੂੰ ਰੋਜ਼ ਕਹੀ ਜਾਂਦਾ ਲੋਕਾਂ ਨੇ ਯਾਰ ਮੇਰੀ ਬੇਇੱਜ਼ਤੀ ਨਾ ਕਰੇ ਫਿਰ ਮੈਂ ਕੋਈ ਬੇਇੱਜ਼ਤੀ ਕਿਉਂ ਕਰਾਂਗਾ ਕਿਸੇ ਦੀ ਉਹਨਾਂ ਨੇ ਕਿਹਾ ਤਾਂ ਮੇਰੀ ਤਾਂ ਬਹੁਤ ਰਿਸਪੈਕਟ ਕੀਤੀ ਹੈ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਤੁਸੀਂ ਇੰਨੇ ਦਿਨਾਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਮੇਰੀ ਬਹੁਤ ਰਿਸਪੈਕਟ ਕੀਤੀ ਹੈਗੀ ਮੈਂ ਕਹਿੰਦਾ ਮੈਂ ਇਸ ਨਹੀਂ ਕਰਨਾ ਸਭ ਨੂੰ ਇਹ ਮੇਰੀ ਥੋੜੀ ਹੈ ਇਹ ਸਮਝਣ ਵਾਲੇ ਸਮਝਣਗੇ ਵੀ ਕੀ ਕਹੇ ਜੇ ਮੈਂ ਉਹਨੂੰ ਹੱਥ ਖੜਾ ਕਰਕੇ ਕਹਿ ਸਕਦਾ ਤੇ ਹੱਥ ਕੱਖ ਨਹੀਂ ਤੇ ਹੋਰ ਹੀ ਤੋਂ ਵ ਅੱਖ ਨਹੀਂ ਮਜ਼ਾਕ ਚ ਗਿਆ ਮੈਂ ਤਾਂ ਉਹਨੂੰ ਇਹ ਕਿਹਾ ਵੀ ਤੁਸੀਂ ਕਿਹਾ ਸੀ 50 ਲੱਖ ਰੁਪਏ ਲਿਆ ਕਿੱਥੇ ਲਿਆਇਆ ਤੇ ਉਹਨੇ ਬਾਹਰ ਆ ਕੇ ਕਹਿਦਾ ਕਹਿੰਦਾ ਮੇਰ ਤੋਂ 50 ਲੱਖ ਰੁਪਏ ਮੰਗਿਆ ਮੈਂ 5 50 ਕਰੋੜ ਦੇਣਾ ਇਹਨੂੰ ਸਿੱਖ ਛਡਾ ਦੇ ਸਾਡੇ 50 ਕਰੋੜ ਲੈ ਮੇਰ ਤੋਂ ਜੇ ਭੁੱਖੇ ਪੈਸਾ ਦੀ ਮੈਨੂੰ ਕੀ ਤੁਮਾਂ ਨੇ ਭੁੱਖ ਦੀ ਮੈਂ ਤਾਂ ਮਰਨ ਨੂੰ ਤਿਆਰ ਆ ਸੰਗਤ ਮੇਰੇ ਸਿਰਾਂ ਦੇ ਖੜੀ ਆ ਮੈਂ ਤਾਂ ਸੋਨੇ ਦੇ ਮਹਿਲ ਮੈਂ ਦੀ ਪਾ ਦਿਆਂ ਪਰ ਮੇਰਾ ਤੁਹਾਡੇ ਸੰਘਰਸ਼ ਨੂੰ ਪੂਰੀ ਸਪੋਰਟ ਆ ਗਈ ਪੂਰੇ ਸਿੱਖ ਸਮਾਜ ਦੀ ਬਾਹਰੋਂ ਅਗਰ ਕੋਈ ਆਰਥਿਕ ਲੋਡ ਪੈਂਦੀ ਆ ਹੋਰ ਲੋਡਾਂ ਜਿਹੜੀਆਂ ਵੀ ਲੋਡਾਂ ਨੇ ਭਾਈ ਸਾਹਿਬ ਜੀ ਇਹ ਸਾਰਾ ਸੰਘਰਸ਼ ਜਿਹੜਾ ਸੰਗ ਇਥੋਂ ਦਾ ਲੰਗਰ ਵੀ ਕਮੇਟੀ ਵੀ ਕਰਦੀ ਆ ਸੰਗਤ ਵੀ ਕਰਦੀ ਆ ਸਾਰਾ ਸੰਗਤ ਦੇ ਸਿਰ ਤੇ ਚੱਲਦਾ ਠੀਕ ਹੈ ਮੈਂ ਕਹਿੰਦਾ ਵੀ ਮੈਂ ਵੇਖੋ ਆਪਣੇ ਜਿਹੜੇ ਮੇਰੀ ਜਦੋਂ ਮੈਂ ਅਸੀਂ ਸਟਾਰਟ ਕੀਤਾ ਜਿੰਨੇ ਮਾਇਆ ਮੇਰੇ ਕੋਲ ਹੈ ਸੀ ਲੱਖ ਡੇਢ ਲੱਖ ਰੁਪਈਆ ਸੀ ਉਹ ਆਪਣੀ ਘਰੋਂ ਖਰਚ ਕੀਤੀ ਆ ਹੁਣ ਸਾਨੂੰ ਇੱਥੇ ਮਾਇਆ ਜਿਹੜੀ ਆ ਸੰਗਤ ਥੋੜੀ ਥੋੜੀ ਦੇ ਕੇ ਜਾਂਦੀ ਆ ਅਸੀਂ ਉਹ ਯੂਜ਼ ਕਰਦੇ ਆ ਜਿੱਥੇ ਜਾਣਾ ਪੈਂਦਾ ਇੱਕ ਬੇਨਤੀ ਹੋਰ ਆ ਮੇਰੀ ਵੀ ਮੈਨੂੰ ਉਹ ਗੱਲ ਭੁੱਲ ਜਾਣੀ ਆ ਮੈਂ ਵਾਰ-ਵਾਰ ਸਿੱਖ ਚੈਨਲ ਦੇ ਉੱਤੇ ਇਹ ਗੱਲ ਕਹਿਣਾ ਤੇ ਤੁਹਾਨੂੰ ਵੀ ਕਹਿਣਾ ਇੰਡੀਆ ਵਾਲੇ ਵੀ ਸੁਣ ਲੈਣਗੇ ਤੁਸੀਂ ਜ਼ਰੂਰ ਸੁਣਾਓਗੇ ਨਾ ਤਾਂ ਕੋਈ ਬਸ ਕਿਸੇ ਤੋਂ ਪੈਸੇ ਮੰਗਦਾ ਹੈ ਤੇ ਨਾ ਮੇਰੀ ਕੋਈ ਫੋਟੋ ਵਿੱਚ ਠੀਕ ਹੈ ਤੇ ਨਾ ਮੇਰੇ ਨਾਂ ਦੇ ਕੋਈ ਪੈਸੇ ਵਟੇ ਜੇ ਕਿਸੇ ਨੇ ਮੇਰੇ ਪਰਿਵਾਰ ਨੂੰ ਮਾਇਆ ਦਿੱਤੀ ਤੇ ਜਾਂ ਕਿਸੇ ਨੇ ਮੇਰੇ ਨਾਂ ਤੇ ਮਾਇਆ ਲਈ ਤੇ ਮੈਂ ਮਰ ਕੇ ਵੀ ਉਹਦਾ ਪਿੱਛਾ ਨਹੀਂ ਛੱਡੂਗਾ ਇਹ ਮੇਰੀ ਬੇਨਤੀ ਹੈ ਨਾ ਕੋਈ ਮੇਰੀ ਵਰਸੀ ਮਨਾਏ ਅੱਜ ਜਿਉਂਦੇ ਦੀ ਲੋੜ ਹੈ ਜਿਉਂਦਿਆਂ ਦੀ ਲੋੜ ਹੈ ਮਰਿਆਂ ਦੀ ਲੋੜ ਨਹੀਂ ਹੈਗੀ ਤੇ ਪਿੱਛੋਂ ਵਰਸੀਆਂ ਮਨਾ ਕੇ ਮੇਰੇ ਨਾਂ ਤੇ ਪੈਸੇ ਇਕੱਠੇ ਕਰਕੇ ਤੇ ਲਾਨਤ ਸਾਡੀ ਸਿੱਖੀ ਤੇ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ